ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम्स ਸਟੱਡੀ ਵੀ ਤੇ ਜੋਬ ਅਲਰਟ ਤੇ ਸੋ ਹੁਣ ਇਹੋ ਨੇ ਲੇਟੈਸਟ ਅਪਡੇਟ ਆਈ ਹੈ ਭਾਰਤੀ ਦੇ ਨਿਜਮਾਂ ਦੇ ਵਿੱਚ ਜਿਹੜਾ ਵੱਡਾ ਬਦਲਾਅ ਕੀਤਾ ਗਿਆ ਹੈ ਸੋ ਕਿਹੜੀ ਇਹ ਭਰਤੀ ਹੈ ਕਿਹਨਾਂ ਨੂੰ ਫਾਇਦਾ ਮਿਲੇਗਾ ਸੋ ਪੂਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਡੇਲੀ ਇਸੇ ਤਰ੍ਹਾਂ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਪਿਛਲੇ ਸਾਲ ਕੇਂਦਰ ਦੀ ਐਨਡੀਆ ਸਰਕਾਰ ਨੇ ਤਿੰਨੋਂ ਸਿਨੇਮਾ ਦੇ ਵਿੱਚ ਸਿਪਾਹੀਆਂ ਦੀ ਭਰਤੀ ਲਈ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਹੁਣ ਅਗਨੀਪਥ ਸਕੀਮ ਤਹਿਤ ਭਾਰਤੀ ਨਿਜਮਾ ਦੇ ਵਿੱਚ ਵੱਡਾ ਬਦਲਾਅ ਜਿਹੜਾ ਹੈ ਉਹ ਕੀਤਾ ਗਿਆ ਹੈ ਜਿਹਦੇ ਤਹਿਤ ਆਈਟੀਆਈ ਪੋਲੀਟੈਕਨਿਕ ਪਾਸ ਆਊਟ ਵੀ ਹੋਣਾਂ ਜਿਹੜੇ ਅਗਨੀਪਥ ਸਕੀਮ ਤਹਿਤ ਭਾਰਤੀ ਲਈ ਅਪਲਾਈ ਹੈ ਜਿਹੜਾ ਕਰ ਸਕਣਗੇ ਸੋ ਫੌਜ ਨੇ ਅਗਨੀਪਥ ਭਰਤੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਲਈ ਯੋਗਤਾ ਦੇ ਮਾਪਦੰਡਾਂ ਦੇ ਵਿੱਚ ਵਾਅਦਾ ਜਿਹੜਾ ਉਹ ਕਰ ਦਿੱਤਾ ਹੈ ਜਿਹਦੇ ਮੁਤਾਬਕ ਹੁਣ ਪਹਿਲਾਂ ਤੋਂ ਹੁਨਰਮੰਦ ਨੌਜਵਾਨ ਵੀ ਅਗਨੀਪਥ ਭਰਤੀ ਵਿੱਚ ਹਿੱਸਾ ਲੈ ਸਕਣਗੇ ITI ਪੋਲੀਟੈਕਨਿਕ ਪਾਸ ਆਊਟ ਹੋ ਤਕਨੀਕੀ ਸ਼ਾਖਾ ਦੇ ਵਿੱਚ ਅਪਲਾਈ ਜਿਹੜਾ ਹੁਣੇ ਉਮੀਦਵਾਰ ਕਰ ਸਕਣਗੇ ਇਸ ਨਾਲ ਪਹਿਲਾਂ ਤੋਂ ਹੁਨਰਵੰਦ ਨੌਜਵਾਨਾਂ ਨੂੰ ਵੀ ਵਿਸ਼ੇਸ਼ ਉਤਸ਼ਾਹ ਜਿਹੜਾ ਉਹ ਮਿਲੇਗਾ ਸੋ ਇਸ ਦੇ ਨਾਲ ਹੀ ਟ੍ਰੇਨਿੰਗ ਦਾ ਸਮਾਂ ਵੀ ਜਿਹੜਾ ਘੱਟ ਹੋ ਜਾਵੇਗਾ ਇਸ ਵੱਡੇ ਬਦਲਾਅ ਤੋਂ ਬਾਅਦ ਹੁਣ ਹੋਰ ਨੌਜਵਾਨ ਉਮੀਦਵਾਰਾਂ ਨੂੰ ਇਸ ਸਕੀਮ ਨਾਲ ਜੁੜਨ ਦਾ ਜਿਹੜਾ ਮੌਕਾ ਉਹ ਮਿਲ ਸਕੇਗਾ ਸੋ ਵੱਖ-ਵੱਖਾ ਉਧਰ ਤੇ ਅਗਨੀਵੀਰ ਭਾਰਤੀ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਦੇ ਵਿੱਚ ਲਿਖਤੀ ਪ੍ਰੀਖਿਆ 17 ਅਪ੍ਰੈਲ ਨੂੰ ਜਿਹੜੀ ਹੋਣ ਜਾ ਰਹੀ ਹੈ ਸੋ ਇਹ ਤੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਹੋਈ ਸੀ ਕੁਆਲੀਫਿਕੇਸ਼ਨ ਬਾਰੇ ਸਾਰਾ ਪਹਿਲਾ ਹੀ ਜਿਹੜਾ ਨੋਟੀਫਿਕੇਸ਼ਨ ਆ ਚੁੱਕਿਆ ਹੈ ਸੋ ਇਹਦੇ ਵਿੱਚ ਜਿਹੜੀ ਸੋਧ ਹੈ ਜਿਹੜੀ ਕੀਤੀ ਗਈ ਹੈ ਅਗਨੀ ਪਥ ਭਾਰਤੀ ਦੇ ਵਿੱਚ ਸੋ ਬਾਕੀ ਅੱਗੇ ਜੋ ਵੀ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਵੱਤ ਵਤ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਜੀ